मणि तेरी ओही पक्की सहेली है ना जिहड़ी विआह वाले दिन जीजू जीजू कह के मेरियां गल्लां वट्टी जांदी सी। अच्छा थानू मेरा बर्थडे याद नहीं पर मेरियां सहेलियां चंगी तरह याद है। वाह ओ यार तू चाहुंनी की है जे याद रखा ता प्रॉब्लम जे ना याद रखा ता प्रॉब्लम। वैसे वो इत्थे की करन आ रही है? ओ इत्थे साडे नाल शिफ्ट हो रही है। एदा मतलब हुण साडे पति पत्नी च मणि ओ बन के रहूगी। सुख किहो जिया गल्लां करी जांदे हो? ओने अज अपने घर आणा मैं उन्हें खाने ते इनवाइट कीता है। पर अज है की ओ मेरे मकाना दी रोटी खान आ रही है। प्रीतू मर गई ते तू मैनूं दस्सिया वीरी? ओ रब्बा मैं किते कोई सुपना तां नहीं देखी जांदा। किसे ने सच कहा? बंदे तां मर के भूत बन जांदे ने। जनानियां पहलां वी चड़ेल रहिंदियां ने ते बाद च वी चड़ेल, ते तू मर के वी चड़ेल ही रहेगी। थोड़ी ना कदे पोस्ट चेंज होई। एदां नहीं लगी मैं मरना, तुहानूं नाल लै के मरूं। ओ यार उपर तां मैनूं कल्ले नूं वग जाण दे, उत्ते तां मैनूं सुरगां च परियां दे नजारे लै लैण दे। ਸੋਖ ਤੁਸੀਂ ਭੁੱਲ ਗਏ ਅੱਜ ਸਾਡੀ ਫਰਸਟ ਮੀਟਿੰਗ ਦੀ 6th ਐਨੀਵਰਸਰੀ ਹੈ। ਓਏ ਹਾਂ ਹਾਂ ਯਾਦ ਆ ਮੈਨੂੰ। ਮੈਂ ਮਨੀ ਨੂੰ ਲੰਚ ਤੇ ਇਨਵਾਈਟ ਕੀਤਾ, ਤੁਸੀਂ ਜਲਦੀ ਘਰ ਆ ਜਿਓ। ਪ੍ਰੀਤ ਆਫਿਸ 'ਚ ਨਾ ਮੈਨੂੰ ਬਹੁਤ ਕੰਮ ਆ। ਮੈਂ ਅੱਜ ਕੁਝ ਨਹੀਂ ਸੁਣਨਾ ਚਾਹੁੰਦੀ। ਜੇ ਅੱਜ ਤੁਸੀਂ ਟਾਈਮ ਨਾਲ ਘਰੇ ਨਹੀਂ ਬੜੇ ਨਾ ਤੇ ਆਪਣੇ ਲਈ ਨਾ ਵੋਟੀ ਘਰ ਤੇ ਰੋਟੀ ਤਿੰਨਾਂ ਦਾ ਇੰਤਜ਼ਾਮ ਕਰਕੇ ਆਇਓ। ਓ ਯਾਰ ਜਾਂਦੀ ਜੁੰਦੀ ਤੂੰ ਹੈ ਨਹੀਂ, ਐਵੇਂ ਗੱਲਾਂ ਗੱਲਾਂ ਜੇ ਕਹਿ ਕੇ ਖੁਸ਼ ਕਰ ਦਿੰਨੀ ਆ। ਚੱਲ ਠੀਕ ਆ ਯਾਰ ਮੈਂ ਮਨੀ ਨਾਲ ਲੰਚ ਕਰ ਲੂੰਗਾ। ਸੁੱਖ ਮੈਂ ਮਜ਼ਾਕ ਨਹੀਂ ਕਰ ਰਹੀ। ਓ ਠੀਕ ਆ ਪ੍ਰੀਤ, ਗੁੱਸਾ ਥੁੱਕ ਦੇ, ਮੈਂ ਆ ਜਾਊਂਗਾ ਟਾਈਮ ਨਾਲ। ਠੀਕ ਹੈ। ਓ ਮੈਨੂੰ ਮੇਰੀ ਵੋਟੀ ਤੋਂ ਬਚਾਓ। ਸੱਚ ਕਹਿ ਰਹੀ ਹੈ ਮਨੀ? ਪ੍ਰੀਤ ਤੇਰੇ ਜੀਜੂ ਤਾਂ ਮੇਰੇ ਤੋਂ ਇਲਾਵਾ ਕਿਸੇ ਹੋਰ ਔਰਤ ਵੱਲ ਲੱਕ ਚੱਕ ਕੇ ਨਹੀਂ ਦੇਖਦੇ। ਇਹ ਤਾਂ ਕੁਝ ਵੀ ਨਹੀਂ ਮਨੀ, ਤੈਨੂੰ ਪਤਾ ਮੇਰਾ ਸੁੱਖ ਤਾਂ ਮੇਰੇ ਵੱਲ ਵੀ ਅੱਖ ਚੱਕ ਕੇ ਨਹੀਂ ਵੇਖਦਾ। ਕੀ? ਹਾਂ ਇਹ ਛੱਡ, ਤੈਨੂੰ ਪਤਾ ਸੁੱਖ ਮੈਨੂੰ ਕੀ ਕਹਿੰਦੇ ਨੇ? ਉਹਨਾਂ ਨੇ ਰੱਬ ਕੋਲੋਂ ਨਾ 7 ਜਨਮਾਂ ਲਈ ਮੈਨੂੰ ਮੰਗ ਲਿਆ। ਪ੍ਰੀਤ ਇਹਨਾਂ ਮਰਦਾਂ ਦਾ ਕੋਈ ਭਰੋਸਾ ਨਹੀਂ ਹੁੰਦਾ, ਕੀ ਪਤਾ 8ਵੇਂ ਜਨਮ ਦਾ ਵਾਅਦਾ ਕਿਸੇ ਹੋਰ ਨਾਲ ਕਰਕੇ ਰੱਖਿਆ ਹੋਵੇ। ਜੀਜੂ ਆ ਗਏ। ਹਾਏ ਜੀਜੂ। ਸਤਿ ਸ਼੍ਰੀ ਅਕਾਲ। ਸੁੱਖ ਤੁਸੀਂ ਔਰ ਮਨੀ ਦੋਨੋਂ ਬੈਠ ਕੇ ਗੱਲਾਂ ਕਰੋ, ਮੈਂ ਤੁਹਾਡੇ ਲਈ ਪਾਣੀ ਲੈ ਕੇ ਆਈ। ਤੂੰ ਰਹਿਣ ਦੇ ਪ੍ਰੀਤ, ਮੈਂ ਬਹੁਤ ਥੱਕਿਆ ਹੋਇਆ, ਤੁਸੀਂ ਦੋਵੇਂ ਬਹਿ ਕੇ ਗੱਲਾਂ ਕਰੋ, ਮੈਂ ਜਾ ਕੇ ਆਰਾਮ ਕਰਦਾ। ਸੁੱਖ ਕਿਵੇਂ ਦੀਆਂ ਗੱਲਾਂ ਕਰ ਰਹੇ ਹੋ? ਅਸੀਂ ਤੁਹਾਡਾ ਵੇਟ ਕਰ ਰਹੇ ਸੀ ਤੇ ਤੁਹਾਨੂੰ ਆਰਾਮ ਕਰਨ ਦੀ ਪਈ ਹੈ। ਆਮ ਸੌਰੀ ਮਣੀ, ਮੇਰਾ ਨਾ ਸਿਰ ਬਹੁਤ ਦੁਖੀ ਜਾਂਦਾ, ਆਪਾਂ ਕਿਸ ਦਿਨ ਨਾ ਆਰਾਮ ਨਾਲ ਬਹਿ ਕੇ ਗੱਲਾਂ ਕਰਾਂਗੇ। ਚਲ ਚੰਗਾ ਜੀ। ਪ੍ਰੀਤ ਤੇਰੇ ਘਰ ਵਾਲੇ 'ਚ ਤਾਂ ਕਿੰਨਾ ਐਟੀਟਿਊਡ ਹੈ, ਉਹਨੇ ਤਾਂ ਚੱਜ ਨਾਲ ਗੱਲਬਾਤ ਵੀ ਨਹੀਂ ਕੀਤੀ, ਮੇਰੀ ਹਾਏ ਦਾ ਜਵਾਬ ਸਤਿ ਸ਼੍ਰੀ ਅਕਾਲ 'ਚ ਦੇ ਕੇ ਚਲਾ ਗਿਆ। ਮਣੀ ਮੈਨੂੰ ਲੱਗਦਾ ਸੁੱਖ ਦਾ ਮੂਡ ਨਾ ਕੁਝ ਠੀਕ ਨਹੀਂ ਹੈ, ਨਹੀਂ ਤਾਂ ਸੁੱਖ ਕਦੇ ਵੀ ਇੱਦਾਂ ਨਹੀਂ ਕਰਦੇ। ਪ੍ਰੀਤ ਜੇ ਤੂੰ ਮੇਰੇ ਘਰੇ ਆਉਂਦੀ ਨਾ, ਮੇਰੇ ਹਸਬੈਂਡ ਨੇ ਤਾਂ ਤੇਰੇ ਲਈ ਆਪਣਾ ਆਫਿਸ ਛੱਡ ਦੇਣਾ ਸੀ। ਮਣੀ ਦੇਖ ਮੈਂ ਉਹਨਾਂ ਦੀ ਤਰਫ ਤੋਂ ਤੇਰੇ ਤੋਂ ਮਾਫ਼ੀ ਮੰਗਦੀ ਹਾਂ। ਮਾਫ਼ੀ ਮੰਗਣ ਦੀ ਕੋਈ ਲੋੜ ਨਹੀਂ ਪ੍ਰੀਤ, ਮੈਂ ਜਾ ਰਹੀ ਹਾਂ। ਭਲਾ ਇਹਦੇ 'ਚ ਇੰਨਾ ਬੁਰਾ ਮਨਾਉਣ ਵਾਲੀ ਕਿਹੜੀ ਗੱਲ ਹੈ? ਉੱਥੇ ਮੈਂ ਨਹੀਂ ਰੁਕਦੀ ਜਿੱਥੇ ਮੇਰੀ ਇੱਜ਼ਤ ਨਾ ਹੋਵੇ। ਲੈ ਦੱਸ ਮਣੀ, ਸੁੱਖ ਨੇ ਕਿਹੜਾ ਤੇਰੀ ਇੱਜ਼ਤ ਨੂੰ ਹੱਥ ਪਾ ਲਿਆ? ਹੁਣ ਤੂੰ ਕੀ ਚਾਹੁੰਦੀ ਹੈ, ਮੈਂ ਇੱਜ਼ਤ ਲੁਟਵਾਉਣ ਦਾ ਇੰਤਜ਼ਾਰ ਕਰਾਂ? ਮੈਂ ਜਾ ਰਹੀ ਹਾਂ, ਮੈਨੂੰ ਰੋਕਣ ਦੀ ਕੋਸ਼ਿਸ਼ ਨਾ ਕਰੀ। ਮਣੀ ਤੇਰੇ ਲਈ ਮੈਂ ਦਮ ਆਲੂ ਦੀ ਸਬਜ਼ੀ ਬਣਾਈ ਸੀ, ਉਹ ਤਾਂ ਖਾਂਦੀ ਜਾ। ਪ੍ਰੀਤ ਕੀ ਮੈਂ ਤੈਨੂੰ